ਅੱਜ ਗੁਰੂ ਘਰ ਵਿੱਚ ਗਏ ਸੋਮਾ ਸਿੰਘ ਜੀ ਹੋਣਾ ਦਾ ਇੱਥੇ ਇਹ ਆਖਰੀ ਕੀਰਤਨ ਹੈ ਜੀ। ਅਸੀਂ ਅੱਜ ਇਹਨਾਂ ਨੂੰ ਵਿਦਾਇਗੀ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਪਠਾਨਕੋਟ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਪਠਾਨਕੋਟ ਧੰਨਵਾਦ ਆਪ ਸਰਬੱਤ ਸੰਗਤਾਂ ਦਾ। ਪਠਾਨਕੋਟ ਧੰਨਵਾਦ ਸਮੂਹ ਮੈਨੇਜਮੈਂਟ ਔਰ ਪ੍ਰਬੰਧਕ ਕਮੇਟੀ ਜੋ ਬੜੇ ਅੱਛੇ ਢੰਗ ਨਾਲ ਗੁਰਦੁਆਰਾ ਸਿੰਘ ਸਭਾ ਐਡਮਿੰਟਨ ਦੀ ਮਹਾਨ ਸੇਵਾ, ਸਤਿਗੁਰੂ ਜੀ ਦੇ ਗੁਰ ਸ਼ਬਦ ਪ੍ਰਚਾਰ ਦੀ, ਗੁਰ ਗਿਆਨ ਦੀ ਬੜੇ ਅੱਛੇ ਤਰੀਕੇ ਨਾਲ ਹੋ ਰਹੀ ਹੈ, ਜਿਹਦੇ ਵਿੱਚ ਸਾਨੂੰ ਵੀ ਸਤਿਗੁਰੂ ਜੀ ਨੇ ਸੁਭਾਗ ਘੜੀਆਂ 3 ਮਹੀਨੇ ਦੀਆਂ ਬਖਸ਼ਿਸ਼ ਕੀਤੀਆਂ। ਆਪ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ, ਪ੍ਰਬੰਧਕਾਂ ਦੇ ਸਹਿਯੋਗ ਨਾਲ ਬੜਾ ਮਨ ਪ੍ਰਸੰਨ ਹੋਇਆ ਇਸ ਅਸਥਾਨ 'ਤੇ ਸੇਵਾ ਕਰਕੇ। ਐਂ ਪ੍ਰਤੀਤ ਹੋਇਆ ਵੀ ਜਿਵੇਂ ਅਸੀਂ ਆਪਣੇ ਘਰ ਹੀ ਫਿਰ ਰਹੇ ਹਾਂ। ਔਰ ਸਤਿਗੁਰ ਕਿਰਪਾ ਕਰਨ, ਸੱਚੇ ਪਾਤਸ਼ਾਹ ਅੱਗੇ ਤੋਂ ਫਿਰ ਆਪ ਸਰਬੱਤ ਸੰਗਤਾਂ ਦਾ ਦਰਸ਼ਨ ਕਰਨ ਦਾ ਸੁਭਾਗ ਭਰਿਆ ਸਮਾਂ ਪ੍ਰਾਪਤ ਹੋਏ ਔਰ ਇੱਥੇ ਸੇਵਾ ਕਰਦਿਆਂ ਵਿਚਰਦਿਆਂ ਕਿਸੇ ਵੀ ਪ੍ਰਕਾਰ ਦੀ ਕੋਈ ਊਨਤਾਈ ਗਲਤੀ ਸੰਗਤਾਂ ਬਖਸ਼ਣ ਯੋਗ ਨੇ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਉਹ ਪ੍ਰਬੰਧਕ ਬਖਸ਼ਣ ਯੋਗ ਨੇ, ਬੜੇ ਸਤਿਕਾਰ ਯੋਗ ਨੇ, ਬੜਾ ਮਾਣ ਬਖਸ਼ਿਆ। ਫਸਟ ਵਾਰੀ ਆਏ ਹਾਂ ਔਰ ਅੱਛੀ ਕੰਟਰੀ 'ਚ ਆਏ ਹਾਂ, ਮਨ ਪ੍ਰਸੰਨ ਹੈ। ਗੁਰ ਕਿਰਪਾ ਕਰਨ ਸਤਿਗੁਰੂ ਜੀ ਇਸੇ ਤਰ੍ਹਾਂ ਇਸ ਜੀਵਨ ਵਿੱਚ ਕੀਰਤਨ ਨਾਲ, ਸਤਿਗੁਰ ਦੀ ਬਾਣੀ ਨਾਲ, ਗੁਰ ਸ਼ਬਦ ਦੀ ਵਿਚਾਰਧਾਰਾ ਨਾਲ ਸਤਿਗੁਰੂ ਜੀ ਜੁੜਨ ਦਾ ਬਲ ਬਖਸ਼ੀ ਰੱਖਣ। ਆਓ ਇਹਨਾਂ ਵਚਨਾਂ ਦੇ ਨਾਲ ਹੀ ਇੱਕ ਸ਼ਬਦ ਦੀ ਹਾਜ਼ਰੀ ਆਪ ਜੀ ਦੇ ਚਰਨਾਂ ਵਿੱਚ। ਫਿਰ ਤੋਂ ਮੈਂ ਧੰਨਵਾਦ ਕਰਦਾ ਸਤਿਕਾਰਯੋਗ ਖਾਸ ਤੌਰ 'ਤੇ ਮੇਰੇ ਵੱਡੇ ਵੀਰ ਸਰਦਾਰ ਚਰਨਜੀਤ ਸਿੰਘ ਜੀ ਦਾਖਾ ਸਾਹਿਬ ਔਰ ਉਹਨਾਂ ਦੇ ਨਾਲ ਬੇਅੰਤੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਤੁਸ਼ ਮਾਤਰ ਦੱਸ ਰਿਹਾ ਨੂੰ ਆਜ਼ਾਦ ਕਰਕੇ ਉੱਥੇ ਮਾਣ ਬਖਸ਼ਿਸ਼ ਕੀਤਾ। ਔਰ ਇਸ ਦੇ ਨਾਲ ਹੀ ਇੱਕ ਸ਼ਬਦ ਦੀ ਹੈ, ਤੁਮ ਕਰੋ ਦਇਆ ਮੇਰੇ ਸਾਈਂ, 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 ਐਸੀ ਮਤ
Yeah.